ਟਿਵਾਣਾ ਰੇੜੀ ਦੇ ਸਤਿਕਾਰ ਸਰੋਤੇ ਹੋ, ਲਓ ਫਿਰ ਹੁਣ ਤੁਹਾਨੂੰ ਬਾਤ ਸੁਣਾਉਂਦੇ ਹਾਂ ਚੰਬੇਲੀ ਸ਼ਹਿਜ਼ਾਦੀ ਦੀ। ਪੁਰਾਣੇ ਵਕਤਾਂ ਦੀ ਗੱਲ ਹੈ ਕਿ ਇੱਕ ਰਾਜਕੁਮਾਰ ਵਜ਼ੀਰ ਦੇ ਪੁੱਤਰ ਦੇ ਨਾਲ ਸ਼ਿਕਾਰ ਖੇਡਣ ਗਿਆ। ਦੋਹਾਂ ਦੀ ਆਪਸ 'ਚ ਬਹੁਤ ਬਣਦੀ ਸੀ। ਵਜ਼ੀਰ ਦਾ ਲੜਕਾ ਰਾਜਕੁਮਾਰ ਦਾ ਬਹੁਤ ਗੂੜਾ ਮਿੱਤਰ ਸੀ, ਇੱਕ ਦੂਸਰੇ 'ਤੇ ਜਾਨ ਵਾਰਦੇ ਸਨ, ਵਜ਼ੀਰ ਦਾ ਮੁੰਡਾ ਅਤੇ ਰਾਜਕੁਮਾਰ। ਸ਼ਿਕਾਰ ਖੇਡਦਿਆਂ ਉਹ ਇੱਕ ਹਿਰਨ ਦਾ ਪਿੱਛਾ ਕਰਦਿਆਂ ਬਹੁਤ ਦੂਰ ਨਿਕਲ ਗਏ। ਰਾਜਕੁਮਾਰ ਥੱਕ ਕੇ ਚੂਰ ਹੋ ਗਿਆ, ਪਿਆਸ ਨਾਲ ਉਸਦਾ ਜਿਸਮ ਦੁਖਣ ਲੱਗਾ, ਪਰ ਪਾਣੀ ਦੀ ਸਿਪ ਤਿਪ ਵੀ ਕਿਤੇ ਦਿਖਾਈ ਨਾ ਦਿੱਤੀ। ਰਾਜਕੁਮਾਰ ਬੇਬਲ ਹੋਇਆ, ਘਣੇ ਦਰਖਤ ਦੇ ਥੱਲੇ ਲੇਟ ਗਿਆ ਅਤੇ ਵਜ਼ੀਰ ਦਾ ਪੁੱਤਰ ਪਾਣੀ ਲੈਣ ਲਈ ਚਲਾ ਗਿਆ। ਕਾਫ਼ੀ ਦੇਰ ਤੱਕ ਇੱਧਰ ਉੱਧਰ ਭਟਕਣ ਮਗਰੋਂ ਵਜ਼ੀਰ ਦੇ ਪੁੱਤ ਨੂੰ ਇੱਕ ਬਾਗ ਵਿਖਾਈ ਦਿੱਤਾ। ਉਸ ਬਾਗ ਦੇ ਵਿੱਚ ਇੱਕ ਬੌਲੀ ਵੇਖ ਕੇ ਵਜ਼ੀਰ ਦਾ ਪੁੱਤਰ ਖੁਸ਼ ਹੋਇਆ। ਪੌੜੀਆਂ ਉੱਤਰ ਕੇ ਉਸਨੇ ਪਹਿਲਾਂ ਰੱਜ ਕੇ ਪਾਣੀ ਪੀਤਾ, ਫਿਰ ਪਾਣੀ ਦਾ ਗੜਵਾ ਭਰਿਆ। ਜਦੋਂ ਉਹ ਬੌਲੀ 'ਚੋਂ ਪੌੜੀਆਂ ਚੜ੍ਹਨ ਲੱਗਾ ਬਾਹਰ ਨਿਕਲਣ ਲਈ, ਤਾਂ ਉਸਨੇ ਕੰਧ 'ਤੇ ਕਿਸੇ ਸ਼ਹਿਜ਼ਾਦੀ ਦੀ ਤਸਵੀਰ ਉੱਕਰੀ ਵੇਖੀ ਜੋ ਬੜੀ ਖੂਬਸੂਰਤ ਸੀਗੀ। ਅਤੇ ਉਹ ਸ਼ਹਿਜ਼ਾਦੀ ਨੇ ਆਪਣੇ ਇੱਕ ਹੱਥ ਦੇ ਵਿੱਚ ਚੰਬੇਲੀ ਫੜੀ ਹੋਈ ਸੀ। ਅਤੇ ਆਪਾਂ ਵੀ ਬੈਨਰ ਵਧੀਆ ਬਣਾਇਆ ਦਿਖਾਵਾਂਗੇ ਤੁਹਾਨੂੰ। ਉਸ ਦੌਰਾਨ ਸ਼ਹਿਜ਼ਾਦੀ ਨੇ ਆਪਣੇ ਇੱਕ ਹੱਥ ਵਿੱਚ ਚੰਬੇਲੀ ਫੜੀ ਹੋਈ ਸੀ ਅਤੇ ਦੂਸਰੇ ਹੱਥ ਦੇ ਵਿੱਚ ਗੁੰਦੇ ਹੋਏ ਵਾਲ। ਅਤੇ ਜਿਸ ਦੌਰਾਨ ਇਉਂ ਜਾਪਦਾ ਸੀ ਕਿ ਜਿਵੇਂ ਚੰਬੇਲੀ ਨੂੰ ਉਹ ਵਾਲਾਂ ਦੇ ਵਿੱਚ ਲਾਉਣ ਜਾਂ ਸ਼ਿੰਗਾਰਨ ਲੱਗੀ। ਉਸਦੇ ਨੈਣ ਨਕਸ਼ ਬੜੇ ਤਿੱਖੇ ਸਨ ਅਤੇ ਮਨ ਮਰੁੰਡਿਆ ਜਾਂਦਾ ਸੀ ਵੇਖਦਿਆਂ। ਮਨ ਮਰੁੰਡਿਆ ਗਿਆ, ਪੁਰਾਣਾ ਲਫਜ਼ ਹੈ। ਵਜ਼ੀਰ ਦਾ ਪੁੱਤ ਉਸ ਚਿੱਤਰ ਨੂੰ ਇੱਕ ਟੱਕ ਵੇਖਦਾ ਰਿਹਾ ਰਾਜਕੁਮਾਰੀ ਦੇ ਨੂੰ। ਅਤੇ ਜਦੋਂ ਉਸਨੇ ਸੁਰਤ ਮੋੜੀ ਤਾਂ ਸੋਚਿਆ ਕਿ ਰਾਜਕੁਮਾਰ ਬੜੇ ਮਨਚਲੇ ਸੁਭਾਅ ਦਾ, ਜੇ ਕਿਤੇ ਉਹ ਇਸ ਮੂਰਤ ਨੂੰ ਵੇਖ ਲੈਂਦਾ ਤਾਂ ਇਹਦਾ ਅਲੌਕਿਕ ਹੁਸਨ ਉਸਨੂੰ ਕੀ ਲਏਗਾ ਅਤੇ ਉਹ ਸ਼ਹਿਜ਼ਾਦੀ ਨੂੰ ਮਿਲਣ ਲਈ ਤਰਲੋ ਮੱਛੀ ਹੋ ਜਾਵੇਗਾ। ਪਰ ਪਤਾ ਨਹੀਂ ਇਹ ਸ਼ਹਿਜ਼ਾਦੀ ਕੌਣ ਹੈ, ਕਿਸ ਦੀ ਮੂਰਤ ਹੈ, ਇਹ ਅਸਲੀ ਹੈ ਜਾਂ ਸਿਰਫ ਤਸਵੀਰ, ਕਿਧਰੇ ਕੋਈ ਮੁਸੀਬਤ ਹੀ ਨਹੀਂ ਖੜ੍ਹੀ ਹੋਵੇ। ਸੋ ਉਸਨੇ ਥੋੜ੍ਹੀ ਜਿਹੀ ਮਿੱਟੀ ਲੈ ਕੇ ਉਸਦਾ ਗਾਰਾ ਬਣਾਇਆ ਅਤੇ ਉਸ ਮੂਰਤ ਉੱਤੇ ਪੋਛ ਦਿੱਤਾ ਤਾਂ ਜੋ ਮੂਰਤ ਧੁੰਦਲੀ ਪੈ ਜਾਵੇ। ਅਤੇ ਫਿਰ ਉਹ ਪਾਣੀ ਦਾ ਗੜਵਾ ਲੈ ਕੇ ਰਾਜਕੁਮਾਰ ਕੋਲ ਪੁੱਜਿਆ ਬੌਲੀ 'ਚੋਂ ਨਿਕਲ ਕੇ। ਜਾਣੀ ਉਹ ਤਸਵੀਰ 'ਤੇ ਉਸਨੇ ਮਿੱਟੀ ਮਲ ਦਿੱਤੀ ਕਿ ਜੇ ਰਾਜਕੁਮਾਰ ਨੇ ਵੇਖ ਲਿਆ ਹੋਰ ਸ਼ੈਂਟੀ ਹੋ ਜੂ। ਅਤੇ ਰਾਜਕੁਮਾਰ ਪਾਣੀ ਪੀ ਕੇ ਤਰੋ ਤਾਜ਼ਾ ਹੋ ਗਿਆ ਅਤੇ ਵਜ਼ੀਰ ਦੇ ਮੁੰਡੇ ਨੂੰ ਕਹਿਣ ਲੱਗਾ ਕਿ ਚਲੋ ਜਿੱਥੇ ਤੁਹਾਨੂੰ ਪਾਣੀ ਲੱਭਿਆ ਉੱਥੇ ਹੋਰ ਚੱਲਦੇ ਹਾਂ, ਹੋਰ ਪਾਣੀ ਲਿਆਉਂਦੇ ਹਾਂ ਅਤੇ ਨਾਲੇ ਬੌਲੀ 'ਤੇ ਆਰਾਮ ਕਰਾਂਗੇ, ਨਹਾਵਾਂਗੇ। ਅਤੇ ਉੱਥੇ ਕੋਈ ਜੀਵ ਜੰਤੂ ਹੋ ਸਕਦਾ, ਕਿਸੇ ਭੂਤ ਪ੍ਰੇਤ ਦਾ ਵਾਸਾ ਹੋ ਸਕਦਾ, ਮੇਰੇ ਖਿਆਲ 'ਚ ਉੱਥੇ ਜਾਣਾ ਠੀਕ ਨਹੀਂ, ਕਿਉਂਕਿ ਵਜ਼ੀਰ ਦਾ ਮੁੰਡਾ ਸੀ, ਸਿਆਣਾ ਸੀ, ਉਸਨੇ ਟਾਲਣਾ ਚਾਹਿਆ, ਪਰ ਰਾਜਕੁਮਾਰ ਕਿੱਥੇ ਮੰਨਦਾ। ਸੋ ਬੌਲੀ ਦੇ ਮੁੱਢ ਬਣੀ ਹੋਈ ਸ਼ਹਿਜ਼ਾਦੀ ਦੀ ਮੂਰਤ ਨੂੰ ਵੇਖੇ ਉਸਦਾ ਦਿਲ ਚਾਹੁੰਦਾ ਸੀ, ਪਰ ਰਾਜਕੁਮਾਰ ਨੇ ਉਹਦੀ ਇੱਕ ਨਾ ਸੁਣੀ ਅਤੇ ਮੈਂ ਤਾਂ ਉੱਥੇ ਜਾ ਕੇ ਹੀ ਹੱਥ ਮੂੰਹ ਧੋਵਾਂਗਾ। ਹਾਲਾਂਕਿ ਵਜ਼ੀਰ ਦਾ ਪੁੱਤ ਚਾਹੁੰਦਾ ਸੀ ਕਿ ਰਾਜਕੁਮਾਰ ਉੱਥੇ ਨਾ ਜਾਵੇ, ਨਹੀਂ ਤਾਂ ਮੂਰਤ ਵੇਖ ਕੇ ਮੰਤਰ ਮੁਗਧ ਹੋ ਜਾਏਗਾ। ਅਤੇ ਜਦੋਂ ਵਜ਼ੀਰ ਦੇ ਪੁੱਤਰ ਦੀ ਪੇਸ਼ ਨਾ ਗਈ ਤਾਂ ਰਾਜਕੁਮਾਰ ਨੂੰ ਲੈ ਕੇ ਉਸ ਬਾਗ ਪੁੱਜਾ, ਬੌਲੀ ਪੁੱਜਾ, ਅਤੇ ਪੰਛੀ ਗੀਤ ਅਲਾਪ ਰਹੇ ਸਨ। ਰਾਜਕੁਮਾਰ ਬਾਗ 'ਚ ਟਹਿਲਣ ਲੱਗਾ, ਫਿਰ ਬੌਲੀ ਵੱਲ ਗਿਆ ਅਤੇ ਬੜੀ ਖੂਬਸੂਰਤ ਸੀ। ਰਾਜਕੁਮਾਰ ਜਦੋਂ ਪੌੜੀਆਂ ਉੱਤਰ ਕੇ ਬੁੱਕਾਂ ਨਾਲ ਪਾਣੀ ਪੀਤਾ, ਮੂੰਹ ਧੋਤਾ ਅਤੇ ਪੌੜੀਆਂ ਚੜ੍ਹਦਿਆਂ ਵਾਪਸ ਉਸਨੂੰ ਕੰਧ 'ਤੇ ਇੱਕ ਮਿੱਟੀ ਜਿਹੀ ਪੋਚੀ ਹੋਈ ਵਿਖਾਈ ਦਿੱਤੀ। ਰਾਜਕੁਮਾਰ ਉੱਥੇ ਖੜ੍ਹਾ ਹੋ ਗਿਆ। ਉਸਨੇ ਥੋੜ੍ਹੀ ਜਿਹੀ ਮਿੱਟੀ ਹੱਥ ਨਾਲ ਪੂੰਜੀ ਤਾਂ ਹੇਠੋਂ ਕਿਸੇ ਮਟਿਆਰ ਦੇ ਨੈਣ ਨਕਸ਼ ਉਗੜਦੇ ਵਿਖਾਈ ਦਿੱਤੇ। ਅਤੇ ਰਾਜਕੁਮਾਰ ਨੇ ਵਜ਼ੀਰ ਦੇ ਪੁੱਤਰ ਨੂੰ ਕੰਧ ਤੋਂ ਸਾਰੀ ਮਿੱਟੀ ਪੂੰਝਣ ਲਈ ਕਿਹਾ, ਪਰ ਵਜ਼ੀਰ ਦੇ ਪੁੱਤ ਨੇ ਟਾਲਣਾ ਚਾਹਿਆ, ਪਰ ਰਾਜਕੁਮਾਰ ਨੇ ਉਹਦੀ ਇੱਕ ਨਾ ਸੁਣੀ। ਖੈਰ ਜਦੋਂ ਵਜ਼ੀਰ ਦੇ ਪੁੱਤ ਨੇ ਮੂਰਤ ਤੋਂ ਮਿੱਟੀ ਪੂੰਝੀ ਤਾਂ ਹੇਠੋਂ ਸ਼ਹਿਜ਼ਾਦੀ ਦੀ ਤਸਵੀਰ ਉਗੜੀ, ਜਿਸ ਨੂੰ ਵੇਖ ਕੇ ਰਾਜਕੁਮਾਰ ਹੈਰਾਨ ਰਹਿ ਗਿਆ। ਉਸਨੂੰ ਲੱਗਾ ਕਿ ਖੂਬਸੂਰਤ ਸ਼ਹਿਜ਼ਾਦੀ ਚੰਬੇਲੀ ਦੇ ਫੁੱਲ ਨੂੰ ਹੱਥ ਵਿੱਚ ਫੜੀ ਉਸਦਾ ਸਵਾਗਤ ਕਰ ਰਹੀ ਹੈ। ਰਾਜਕੁਮਾਰ ਉਸਨੂੰ ਵੇਖ ਕੇ ਕਹਿਣ ਲੱਗਾ, ਉਫ ਇੰਨੀ ਸੋਹਣੀ ਅਤੇ ਮਲੂਕ, ਇਹ ਚੰਬੇਲੀ ਵਾਲੀ ਸ਼ਹਿਜ਼ਾਦੀ ਕੌਣ ਹੈ?
ਕਿੰਨਾ ਚਿਰ ਰਾਜਕੁਮਾਰ ਇਕਟਕ ਉਸ ਚਿੱਤਰ ਨੂੰ ਵੇਖਦਾ ਰਿਹਾ, ਹੋਕੇ ਭਰਦਾ ਕਿ ਮੇਰਾ ਤਾਂ ਇਸ ਬਿਨਾਂ ਜੀਣਾ ਦੁਸ਼ਵਾਰ ਹੈ। ਰਾਜਕੁਮਾਰ ਤਰਸ ਦੀ ਮੂਰਤ ਬਣਿਆ ਖੜਾ ਸੀ। ਵਜ਼ੀਰ ਦਾ ਪੁੱਤਰ ਸਾਰੀ ਗੱਲ ਸੁਣ ਕੇ ਘਬਰਾ ਗਿਆ ਅਤੇ ਫਿਰ ਇੱਕੋ ਸਾਹਿਬ ਬੋਲਣ ਲੱਗਾ, ਇਹ ਸ਼ਹਿਜ਼ਾਦੀ ਪਤਾ ਨਹੀਂ ਕੌਣ ਹੈ, ਹੈ ਵੀ ਹੈ ਜਾਂ ਸਿਰਫ ਕਲਪਨਾ ਹੈ ਕਿਸੇ ਮੁਸੱਵਰ ਦੀ। ਪਤਾ ਨਹੀਂ ਕਿਸੇ ਨੇ ਵੈਸੇ ਤਸਵੀਰ ਬਣਾਈ ਹੋਵੇ, ਕਦੋਂ ਬਣਾਈ ਹੈ, ਕੁਆਰੀ ਹੈ ਜਾਂ ਵਿਆਹੀ ਹੈ, ਮਰ ਚੁੱਕੀ ਹੈ ਜਾਂ ਜਿੰਦਾ ਹੈ, ਇਹ ਕਲਪਤ ਵੀ ਹੋ ਸਕਦੀ ਹੈ, ਇਹਦਾ ਕੀ ਸੱਚ ਹੈ, ਇਹਨੂੰ ਆਪਾਂ ਕਿੱਥੋਂ ਲੱਭੀਏ। ਅਤੇ ਵਜ਼ੀਰ ਦੇ ਪੁੱਤਰ ਨੂੰ ਰਾਜਕੁਮਾਰ ਨੇ ਵਾਸਤਾ ਪਾਇਆ ਕਿ ਜੇ ਤੂੰ ਮੇਰਾ ਅਸਲ ਦੋਸਤ ਹੈ, ਮੇਰਾ ਹਮਦਰਦ ਹੈ, ਤਾਂ ਪਤਾ ਲਗਾ, ਇਹ ਸ਼ਹਿਜ਼ਾਦੀ ਮੇਰੀ ਜ਼ਿੰਦਗੀ ਬਣ ਚੁੱਕੀ ਹੈ, ਮੈਂ ਇਸੇ ਖਾਤਰ ਜੰਮਿਆ, ਇਸ ਤੋਂ ਬਿਨਾਂ ਮੈਂ ਜਿੰਦਾ ਨਹੀਂ ਰਹਾਂਗਾ, ਜਿਉਂ ਕੇ ਵੀ ਕੀ ਲੈਣਾ। ਅਤੇ ਫਿਰ ਵਜ਼ੀਰ ਦੇ ਪੁੱਤਰ ਨੇ ਆਖਿਆ, ਚਲੋ ਇੱਥੋਂ ਤਾਂ ਤੁਰ ਗਏ ਆਪਾਂ, ਨੇੜਲੇ ਪਿੰਡੋਂ ਪਤਾ ਕਰਦੇ ਹਾਂ। ਪਰ ਉਹ ਕਹਿਣ ਲੱਗਾ, ਮੈਂ ਨਹੀਂ ਹਿੱਲਣਾ ਇਸ ਤਸਵੀਰ ਦੇ ਅੱਗੋਂ ਜਦੋਂ ਤੱਕ ਸ਼ਹਿਜ਼ਾਦੀ ਦਾ ਥਾਂ ਪਤਾ ਨਹੀਂ ਲੱਗਦਾ, ਅਤੇ ਮੈਂ ਤਾਂ ਇਸੇ ਦੇ ਸਾਹਮਣੇ ਬੈਠ ਕੇ ਇਸਦੀ ਪੂਜਾ ਕਰਾਂਗਾ। ਰਾਜਕੁਮਾਰ ਅੜ ਗਿਆ। ਅਖੀਰ ਮਜਬੂਰ ਹੋ ਕੇ ਵਜ਼ੀਰ ਦਾ ਪੁੱਤਰ ਨੇ ਉੱਥੋਂ ਇਕੱਲੇ ਹੀ ਘੋੜਾ ਆਪਣਾ ਲਿਆ ਅਤੇ ਸਵਾਰ ਹੋ ਕੇ ਮਾਰੀ ਅੱਡੀ। ਅਤੇ ਕੁਝ ਦੇਰ ਬਾਅਦ ਇੱਕ ਕਸਬੇ ਦੇ ਪੁੱਜਾ, ਇੱਕ ਹਡਵਾਣੀ ਨੂੰ ਪੁੱਛਣ ਲੱਗਾ, ਉੱਥੇ ਜੰਗਲ 'ਚ ਜੋ ਬਾਗ ਹੈ ਕਿਸੇ ਰਾਜੇ ਦਾ? ਅਤੇ ਉਹ ਕਹਿਣ ਲੱਗਾ, ਜੀ ਉਹ ਬਾਗ ਕਿਸੇ ਰਾਜੇ ਦਾ ਨਹੀਂ, ਉਹ ਤਾਂ ਇੱਕ ਅਮੀਰ ਸੁਦਾਗਰ ਨੇ ਬਣਵਾਇਆ। ਹਟਵਾਣੀ ਨੇ ਜਵਾਬ ਦਿੱਤਾ, ਸੁਦਾਗਰ ਬੜਾ ਭਲਾ ਲੋਕ ਸੀ ਅਤੇ ਉਹਦੀ ਆਪਣੀ ਕੋਈ ਔਲਾਦ ਨਹੀਂ ਸੀ, ਅਤੇ ਉਸਨੇ ਅੱਗਾ ਸਵਾਰਨ ਵਾਸਤੇ ਉੱਥੇ ਮੁਸਾਫਰਾਂ ਦੇ ਹਿੱਤ ਲਈ ਉੱਥੇ ਇੱਕ ਬੌਲੀ ਬਣਾਈ ਹੈ ਤਾਂ ਜੋ ਲੋਕ ਆਰਾਮ ਕਰਨ। ਉਹ ਬੌਲੀ ਜਿਸ ਮਿਸਤਰੀ ਨੇ ਬਣਾਈ ਹੈ ਉਹ ਕਿੱਥੇ ਰਹਿੰਦੇ ਨੇ? ਹਟਵਾਣੀਆਂ ਕਹਿਣ ਲੱਗਾ, ਜੀ ਉਹ ਤਾਂ ਨਾਲ ਦੇ ਪਿੰਡ ਸਨ, ਉਹ ਵੀ ਹੁਣ ਬੁੱਢਾ ਹੋ ਗਿਆ ਕਾਰੀਗਰ। ਸੋ ਵਜ਼ੀਰ ਦੇ ਪੁੱਤਰ ਨੇ ਉਸ ਪਿੰਡ ਦਾ ਥਾਂ ਟਿਕਾਣਾ ਪੁੱਛਿਆ ਅਤੇ ਲੱਗ ਗਿਆ ਉਸ ਨੂੰ ਭਾਲਣ ਲਈ ਤੁਰ ਪਿਆ। ਅਤੇ ਤਰਕਾਲਾਂ ਢਲਣ ਲੱਗੀਆਂ ਤਾਂ ਉਸ ਬੌਲੀ ਜਾਂ ਉਸ ਬਾਗ ਨੂੰ ਬਣਾਉਣ ਵਾਲੇ ਮਿਸਤਰੀ ਦੇ ਘਰ ਜਾ ਪੁੱਜਾ। ਅਤੇ ਜਦੋਂ ਮਿਸਤਰੀ ਨੂੰ ਪਤਾ ਲੱਗਾ ਕਿ ਉਹਦੇ ਬੂਹੇ ਦੇ ਅੱਗੇ ਘੋੜ ਸਵਾਰ ਜੋ ਆਇਆ ਉਹ ਵਜ਼ੀਰ ਦਾ ਪੁੱਤਰ ਹੈ, ਉਸ ਨੇ ਬੜਾ ਆਦਰ ਨਾਲ ਸਵਾਗਤ ਕੀਤਾ ਅਤੇ ਉਸਨੂੰ ਬੈਠ 'ਚ ਲਿਜਾ ਕੇ ਬਹਾਇਆ। ਉਸ ਮਿਸਤਰੀ ਦੇ ਸਿਰ ਦੇ ਸਾਰੇ ਵਾਲ ਚਿੱਟੇ ਸਨ, ਅੱਖਾਂ ਦੇ ਗਰਦ ਟੋਏ, ਮੂੰਹ ਝੁਰੜੀਆਂ ਭਰਿਆ ਬਜ਼ੁਰਗ ਜੋ ਸੀ। ਮਿਸਤਰੀ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਅਤੇ ਬੁਲਾਇਆ ਅਤੇ ਕਿਹਾ ਕਿ ਸਾਡੇ ਖਾਸ ਮਹਿਮਾਨ ਆਏ ਨੇ, ਵਜ਼ੀਰ ਦਾ ਪੁੱਤਰ ਹੈ, ਇਹਨਾਂ ਵਾਸਤੇ ਕੋਈ ਫਲ, ਮੇਵੇ ਅਤੇ ਦੁੱਧ ਲੈ ਕੇ ਆ। ਮਿਸਤਰੀ ਦੀ ਪਤਨੀ ਬੜੇ ਖੋਹਰੇ ਸੁਭਾਅ ਦੀ ਸੀ, ਗੁਸੈਲੀ ਅਤੇ ਝਗੜਾਲੂ, ਸਾਰਾ ਦਿਨ ਆਪਣੇ ਖਸਮ ਨਾਲ ਖੈਬੜਦੀ ਰਹਿੰਦੀ, ਜੋ ਮਨ 'ਚ ਆਉਂਦਾ ਬੋਲਦੀ ਰਹਿੰਦੀ ਪਰ ਮਿਸਤਰੀ ਦੀ ਇੱਕ ਨਾ ਸੁਣਦੀ। ਸੋ ਬੁੜਬੁੜ ਕਰਦੀ ਉੱਥੋਂ ਚਲੀ ਗਈ। ਅਤੇ ਕਾਫੀ ਦੇਰ ਜਦੋਂ ਨਾਮ ਭਰਤੀ ਤਾਂ ਮਿਸਤਰੀ ਖੁਦ ਰਸੋਈ ਦੇ ਵਿੱਚ ਗਿਆ, ਪਤਨੀ ਨੂੰ ਸਮਝਾਇਆ ਕਿ ਉਹਦੀ ਪਤਨੀ ਗੁੜ ਦਾ ਸ਼ਰਬਤ ਬਣਾ ਕੇ ਵਜ਼ੀਰ ਦੇ ਪੁੱਤਰ ਅੱਗੇ ਰੱਖ ਗਈ। ਸ਼ਰਬਤ ਪੀ ਕੇ ਵਜ਼ੀਰ ਕਹਿਣ ਲੱਗਾ, ਉਹ ਜੰਗਲ ਵਾਲਾ ਬਾਗ ਤੁਸੀਂ ਬਣਾਇਆ? ਮਿਸਤਰੀ ਕਹਿੰਦਾ, ਹਾਂਜੀ ਮੈਂ ਹੀ ਬਣਾਇਆ, ਅਤੇ ਉਸ ਵਿਚਲੀ ਬੌਲੀ ਉਹ ਮੇਰੇ ਵੱਡੇ ਭਰਾ ਨੇ ਬਣਾਈ ਹੈ, ਕਹਿੰਦਾ। ਅਤੇ ਉਹ ਕੰਧ 'ਤੇ ਬੌਲੀ 'ਤੇ ਜਿਹੜੀ ਤਸਵੀਰ ਲਾਈ ਹੈ ਸ਼ਹਿਜ਼ਾਦੀ ਦੀ, ਉਹ ਕਿਹਦੀ ਹੈ? ਅਤੇ ਉਹ ਮਿਸਤਰੀ ਕਹਿਣ ਲੱਗਾ, ਉਹਦੇ ਬਾਰੇ ਤਾਂ ਮੈਂ ਨਹੀਂ ਜਾਣਦਾ, ਮੇਰੇ ਵੱਡੇ ਭਰਾ ਨੂੰ ਹੀ ਕੁਝ ਪਤਾ ਹੋ ਸਕਦਾ। ਸੋ ਵਜ਼ੀਰ ਪੁੱਤਰ ਸੋਚਣ ਲੱਗਾ ਕਿ ਇਹ ਆਦਮੀ ਖੁਦ ਇੰਨੀ ਵਡੇਰੀ ਉਮਰ ਦਾ, ਤਾਂ ਇਸਦਾ ਭਰਾ ਤਾਂ ਇਸ ਤੋਂ ਵੀ ਬਜ਼ੁਰਗ ਹੋਣਾ, ਸੋ ਉਹ ਮੇਰੀ ਕੀ ਮਦਦ ਕਰੇਗਾ? ਕੋਈ ਚਾਰਾ ਨਾ ਵੇਖ ਕੇ ਆਖਰ ਉਸਨੇ ਉਸਦੇ ਵੱਡੇ ਭਰਾ ਦਾ ਪਤਾ ਟਿਕਾਣਾ ਪੁੱਛਿਆ ਅਤੇ ਵਜ਼ੀਰ ਦਾ ਪੁੱਤਰ ਉੱਥੋਂ ਉਸਦੇ ਵੱਡੇ ਭਰਾ ਵੱਲ ਨੂੰ ਚੱਲ ਪਿਆ। ਮਿਸਤਰੀ ਦਾ ਵੱਡਾ ਭਰਾ ਕਿਸੇ ਅਗਲੇਰੇ ਪਿੰਡ ਰਹਿੰਦਾ ਸੀ। ਉਹ ਪੁੱਛਦਾ ਪੁਛਾਉਂਦਾ ਵਜ਼ੀਰ ਦਾ ਪੁੱਤਰ ਉਸ ਮਿਸਤਰੀ ਦੇ ਵੱਡੇ ਭਰਾ ਦੇ ਘਰ ਪੁੱਜਾ ਤਾਂ ਉਹ ਹੱਕਾ ਬੱਕਾ ਰਹਿ ਗਿਆ। ਜੋ ਆਦਮੀ ਉਸਨੂੰ ਉੱਥੇ ਮਿਲਿਆ ਉਹ ਮਿਸਤਰੀ ਦਾ ਵੱਡਾ ਭਰਾ ਨਹੀਂ ਬਲਕਿ ਛੋਟਾ ਭਰਾ ਲੱਗਦਾ ਸੀ। ਉਹ ਉਸਦੇ ਨਾਲੋਂ ਜਾਣੀ ਘੱਟ ਉਮਰ ਦਾ ਜਾਪਿਆ, ਯੰਗ ਜਾਪਿਆ। ਅਤੇ
ਵਜ਼ੀਰ ਦੇ ਪੁੱਤਰ ਨੂੰ ਇਹਨੇ ਪਹਿਲਾਂ ਤਸੱਲੀ ਕੀਤੀ ਕਿ ਵਾਕਈ ਉਹ ਮਿਸਤਰੀ ਦਾ ਵੱਡਾ ਭਰਾ, ਉਸਦੇ ਸਿਰ ਦੇ ਵਾਲ ਅਜੇ ਕਾਲੇ ਸਨ, ਚਿਹਰੇ 'ਤੇ ਕੋਈ ਝੁਰੜੀ ਨਹੀਂ ਸੀ, ਅੱਖਾਂ ਦੀ ਚਮਕ ਵੀ ਅਜੇ ਬੁਝੀ ਨਹੀਂ ਸੀ। ਅਤੇ ਜਦੋਂ ਵੱਡੇ ਭਰਾ ਨੂੰ ਪਤਾ ਲੱਗਾ ਕਿ ਉਸਦੇ ਘਰ ਜੋ ਮਹਿਮਾਨ ਆਇਆ ਵਜ਼ੀਰ ਦਾ ਪੁੱਤਰ ਹੈ, ਅਤੇ ਬੜੇ ਆਦਰ ਸਤਿਕਾਰ ਨਾਲ ਉਸਨੇ ਉਸਨੂੰ ਲਾਇਆ ਆਪਣੇ ਘਰ ਬਹਾਇਆ, ਅਤੇ ਆਪਣੀ ਪਤਨੀ ਨੂੰ ਕਿਹਾ ਕਿ ਇਸ ਮਹਿਮਾਨ ਦਾ ਸਾਡੇ ਘਰ ਆਉਣਾ ਧੰਨ ਪਾ ਗਿਆ, ਇਹਦੇ ਵਾਸਤੇ ਕੁਛ ਖਾਣ ਪੀਣ ਲਈ ਲਿਆਇਆ। ਅਤੇ ਉਹ ਬੋਲੀ, ਮੈਂ ਚੁੱਲ੍ਹੇ ਚੌਂਕੇ 'ਚ ਰੁੱਝੀ ਹੋਈ ਹਾਂ, ਅਤੇ ਥੋੜ੍ਹੀ ਦੇਰ ਠਹਿਰ ਜਾਓ, ਜੇ ਕਾਹਲੀ ਤਾਂ ਅੰਦਰੋਂ ਆ ਕੇ ਲੈ ਜਾਓ। ਅਤੇ ਥੋੜ੍ਹੀ ਦੇਰ ਬਾਅਦ ਉਸਦੀ ਪਤਨੀ ਵਿਹਲੀ ਹੋ ਕੇ ਆਈ, ਅਤੇ ਅੰਦਰੋਂ ਫਲ ਅਤੇ ਮੇਵੇ ਲਿਆ ਕੇ ਉਸਨੇ ਵਜ਼ੀਰ ਦੇ ਮੁੰਡੇ ਅੱਗੇ ਰੱਖੇ। ਵਜ਼ੀਰ ਦੇ ਪੁੱਤਰ ਨੇ ਫਲ ਖਾਂਦੇ ਆਖਿਆ ਕਿ ਬਾਗ ਵਾਲੀ ਬੌਲੀ ਤੁਸੀਂ ਹੀ ਬਣਾਈ ਸੀ? ਉਹ ਬੋਲਿਆ, ਜੀ ਮੈਂ ਹੀ ਬਣਾਈ ਸੀ। ਅਤੇ ਉਹ ਸ਼ਹਿਜ਼ਾਦੀ ਦੀ ਤਸਵੀਰ ਜੋ ਬਣਾਈ ਸੀ ਉਹ ਤਾਂ ਵੱਡੇ ਭਰਾ, ਉਸਨੇ ਆਖਿਆ ਕਿ ਉਹ ਮੇਰੇ ਵੱਡੇ ਭਰਾ ਨੇ ਖੁਦ ਚਿੱਤਰੀ, ਉਹ ਸਿਆਣਾ ਚਿੱਤਰਕਾਰ ਹੈ। ਅਤੇ ਉਹ ਤਸਵੀਰ ਕਿ ਸ਼ਹਿਜ਼ਾਦੀ ਦੀ ਅਤੇ ਕਿੱਥੇ ਰਹਿੰਦੀ ਹੈ? ਵਜ਼ੀਰ ਦੇ ਪੁੱਤਰ ਨੇ ਇੱਕੋ ਸਾਹੇ ਕਈ ਸਵਾਲ ਕੀਤੇ। ਉਹ ਕਹਿੰਦਾ, ਜੀ ਇਹ ਤਾਂ ਮੇਰਾ ਵੱਡਾ ਭਰਾ ਹੀ ਜਾਣਦਾ, ਮੈਂ ਕੁਝ ਨਹੀਂ ਕਹਿ ਸਕਦਾ। ਸੋ ਉਸਦਾ ਵੱਡਾ ਭਰਾ ਨੇੜੇ ਕਿਸੇ ਕਸਬੇ 'ਚ ਰਹਿੰਦਾ ਸੀ, ਜਾਣੀ ਉਸਨੇ ਵੱਡੇ ਨੇ ਆਪਲੇ ਵੱਡੇ ਭਰਾ ਦਾ ਕਹਾਣੀ ਪਾ ਦਿੱਤੀ। ਅਤੇ ਵਜ਼ੀਰ ਦਾ ਪੁੱਤਰ ਉਸ ਤੋਂ ਉਸਦੇ ਵੱਡੇ ਭਰਾ ਦਾ ਥੋ ਪਤਾ ਲੈ ਕੇ ਅੱਗੇ ਚੱਲ ਪਿਆ। ਰਾਤ ਉਸਨੇ ਕਿਸੇ ਸਰਾਂ 'ਚ ਗੁਜ਼ਾਰੀ, ਅਤੇ ਅਗਲੇ ਦਿਨ ਵਜ਼ੀਰ ਦਾ ਪੁੱਤਰ ਪੁੱਛਦਾ ਪੁਛਾਉਂਦਾ ਉਸ ਚਿੱਤਰਕਾਰ ਭਰਾ ਦੇ ਘਰ ਪੁੱਜਾ। ਅਤੇ ਉਸ ਚਿੱਤਰਕਾਰ ਭਰਾ ਨੂੰ ਵੇਖ ਕੇ ਵਜ਼ੀਰ ਦਾ ਪੁੱਤਰ ਹੱਕਾ ਬੱਕਾ ਰਹਿ ਗਿਆ ਕਿ ਸਭ ਤੋਂ ਵੱਡਾ ਭਰਾ ਅਤੇ ਸ਼ਕਲ ਸੂਰਤ ਰੰਗ ਰੂਪ ਦੇ ਵਿੱਚ ਉਹ ਤਿੰਨਾਂ ਤੋਂ ਛੋਟਾ ਲੱਗਦਾ ਸੀ। ਵਜ਼ੀਰ ਦੇ ਪੁੱਤਰ ਨੇ ਆਪਣੀ ਜਾਣ ਪਛਾਣ ਕਰਾਈ, ਅਤੇ ਚਿੱਤਰਕਾਰ ਨੇ ਉਸਨੂੰ ਬੜੇ ਆਦਰ ਨਾਲ ਬਿਠਾਇਆ ਅਤੇ ਬੈਠਕ 'ਚ ਲੈ ਗਿਆ, ਜੋ ਕਾਫ਼ੀ ਸਜੀ ਸੰਵਰੀ ਸੀ। ਵਜ਼ੀਰ ਦੇ ਪੁੱਤਰ ਨੇ ਬੈਠਦਿਆਂ ਸਾਰਾ ਹੈਰਾਨੀ ਪ੍ਰਗਟਾ ਕਰਦਿਆਂ ਆਖਿਆ ਕਿ ਪਹਿਲਾਂ ਮੈਂ ਇਹ ਗੱਲ ਜਾਣਨਾ ਚਾਹੁੰਦਾ ਕਿ ਤੁਸੀਂ ਤਿੰਨਾਂ ਭਰਾਵਾਂ 'ਚ ਸਭ ਤੋਂ ਵੱਡੇ ਹੋ, ਪਰ ਤੁਸੀਂ ਸਾਰਿਆਂ ਤਿੰਨਾਂ ਤੋਂ ਛੋਟੇ ਲੱਗਦੇ, ਇਹ ਕਿਉਂ? ਉਹ ਬੋਲਿਆ, ਘਬਰਾਓ ਨਾ, ਇਹਦਾ ਰਹੱਸ ਆਪੇ ਖੁੱਲ੍ਹ ਜਾਏਗਾ, ਚਿੱਤਰਕਾਰ ਬੋਲਿਆ। ਝੱਟ ਕੁ ਮਗਰੋਂ ਚਿੱਤਰਕਾਰ ਨੇ ਆਪਣੀ ਪਤਨੀ ਨੂੰ ਬੁਲਾ ਕੇ ਆਖਿਆ ਕਿ ਮੇਰੇ ਖਾਸ ਮਹਿਮਾਨ ਆਏ ਨੇ, ਇਹਨਾਂ ਲਈ ਕੁਝ ਫਲ ਫਰੂਟ ਲੈ ਆਓ। ਅਤੇ ਉਸਦੀ ਪਤਨੀ ਉਸ ਵੇਲੇ ਚੁਬਾਰੇ 'ਤੇ ਗਈ ਅਤੇ ਕੁਝ ਫਲ ਚੁੱਕ ਲੈ ਆਈ। ਅਤੇ ਉਹ ਅਲਮਾਰੀ ਦੇ ਵਿੱਚ ਕੋਈ ਸੌਗੀ ਅਤੇ ਪਿਸਤਾ ਪਿਆ ਸੀ, ਉਹ ਵੀ ਥੋੜ੍ਹਾ ਥੋੜ੍ਹਾ ਲੈ ਆ। ਅਤੇ ਪਤਨੀ ਨੇ ਆਖਿਆ, ਸੱਤ ਬਚਨ। ਉਹ ਉਸੇ ਪੈਰ ਪਰਤ ਗਈ ਅਤੇ ਉੱਪਰੋਂ ਸੌਗੀ ਅਤੇ ਪਿਸਤਾ ਵੀ ਲੈ ਆਈ। ਉਹ ਫਿਰ ਉਹ ਚਿੱਤਰਕਾਰ ਬੋਲਿਆ, ਮੈਂ ਭੁੱਲ ਗਿਆ, ਉੱਪਰ ਅਲਮਾਰੀ 'ਚ ਕੁਝ ਕਾਗਜ਼ੀ ਬਦਾਮ ਪਏ ਨੇ, ਉਹਦੀਆਂ ਵੀ ਗਿਰੀਆਂ ਕੱਢ ਲਿਆ। ਪਤਨੀ ਨੇ ਆਖਿਆ, ਸੱਤ ਬਚਨ। ਉਹ ਉੱਪਰ ਗਈ ਅਤੇ ਬਦਾਮਾਂ ਦੀਆਂ ਗਿਰੀਆਂ ਵੀ ਤੋੜ ਲਿਆਈ। ਜਾਣੀ ਕਿ ਜਿਹੜੀ ਉਹਦੀ ਪਤਨੀ ਸੀ, ਇੱਕ ਤਾਂ ਗੱਲ ਜੋ ਮੈਨੂੰ ਸਮਝ ਆਈ ਹੈ ਕਿ ਉਹ ਯੰਗ ਕਿਉਂ ਸੀ, ਉਹ ਭਾਈ ਥੋੜ੍ਹੇ ਜਿਹੇ ਠੰਡੇ ਸੁਭਾਅ ਦੀ ਸੀ, ਸੱਤ ਵਚਨ ਵਾਲੀ ਸੀ, ਜਾਣੀ ਕਿ ਹਸਬੈਂਡ ਵਾਈਫ 'ਚ ਬਣਦੀ ਬਹੁਤ ਸੀ, ਜਾਣੀ ਕਲਾ ਕਲੰਦਰ ਨਹੀਂ ਸੀ ਵੱਸਦਾ ਕਿ ਰੋਟੀ ਖਾਣੀ ਆ ਕਿ ਨਹੀਂ ਖਾਣੀ, ਨਵੇਂ ਨਵੇਂ ਵਿਆਹ ਵਾਲਾ ਕੰਮ ਸੀ। ਸੋ ਕਿਉਂਕਿ ਚਿੱਤਰਕਾਰ ਨੇ ਆਖਿਆ, ਕੋਈ ਨਹੀਂ, ਮੇਰੀ ਉਮਰ ਇੰਨੀ ਯੰਗ ਕਿਉਂ ਹੈ, ਮੈਂ ਐਡਾ ਜਵਾਨ ਕਿਉਂ ਪਿਆ, ਇਹਦਾ ਤੈਨੂੰ ਆਪੇ ਪਤਾ ਲੱਗ ਜੂ। ਖੈਰ, ਮਤਲਬ ਪਹਿਲੇ ਦੀ ਘਰਵਾਲੀ ਵੀ ਟੁੱਟ ਕੇ ਪੈ ਗਈ, ਦੂਜੇ ਦੀ ਘਰਵਾਲੀ ਵੀ ਟੁੱਟ ਕੇ ਪੈ ਗਈ, ਅੱਜ ਜਿਹੜਾ ਤੀਜਾ ਚਿੱਤਰਕਾਰ ਸੀ ਇਹਦੀ ਘਰਵਾਲੀ ਥੋੜ੍ਹੀ ਜਿਹੀ ਕੂਲ ਸੀ। ਦੁਆ ਕਰੀਏ ਸਾਰਿਆਂ ਦੀਆਂ ਹੀ ਕੂਲ ਹੋਣ। ਖੈਰ, ਵਜ਼ੀਰ ਦੇ ਪੁੱਤਰ ਨੇ ਹੈਰਾਨ ਹੋ ਕੇ ਵੇਖਿਆ, ਪਰ ਕਹਿਣ ਲੱਗਾ, ਤੁਸੀਂ ਬੜੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਇੰਨੀ ਸਿਦਕਵਾਨ ਸੁਹੰਦਰੀ ਪਤਨੀ ਮਿਲੀ ਹੈ, ਕੂਲ ਕੂਲ। ਚਿੱਤਰਕਾਰ ਕਹਿਣ ਲੱਗਾ, ਵਾਕਿਆ ਮੇਰੀ ਚੰਗੀ ਸਿਹਤ ਦਾ ਰਾਜ ਇਹੀ ਕਿ ਮੇਰੀ ਅਰਧਾਂਗਣੀ, ਮੇਰੀ ਮਨੋਰਮਾ ਬੜੀ ਮਨਮੋਹਕ ਹੈ। ਸੋ ਚਿੱਤਰਕਾਰ ਭਰਾ ਨੇ ਸਮਝਾਇਆ ਕਿ ਮੇਰੇ ਸਭ ਤੋਂ ਛੋਟੇ ਭਰਾ ਦੀ ਪਤਨੀ ਬੜੀ ਝਗੜਾਲੂ ਹੈ, ਪਤੀ ਦੀ ਕੋਈ ਗੱਲ ਨਹੀਂ ਮੰਨਦੀ, ਹਰ ਵੇਲੇ ਪੁੱਠੀ ਗੱਲ ਕਰਦੀ ਹੈ, ਇਸ ਲਈ ਉਹ ਝੁਰਦਾ ਰਹਿੰਦਾ। ਉਹ ਜਵਾਨੀ 'ਚ ਹੀ ਬੁਢਾਪਾ ਭੋਗ ਰਿਹਾ। ਜਿਹੜਾ ਵਿਚਕਾਰਲਾ ਭਰਾ ਆਇਆ, ਉਸਦੀ ਪਤਨੀ ਥੋੜ੍ਹੀ ਦਰਮਿਆਨੇ ਸੁਭਾਅ ਦੀ ਹੈ, ਕੁਝ ਗਰਮ ਅਤੇ ਕੁਝ ਨਰਮ। ਉਹ ਭਾਵੇਂ ਆਪ ਉਸਦੀ ਮਦਦ ਨਾ ਕਰੇ, ਪਰ ਉਸਨੇ ਜੋ ਕੁਝ ਕਰਨਾ
ਉਸ ਨੂੰ ਵਰਜਦੀ ਨਹੀਂ, ਜਾਣੀ ਥੋੜ੍ਹੀ ਜਿਹੀ ਆਜ਼ਾਦੀ ਹੈ, ਇਸ ਲਈ ਉਹ ਸਾਰਿਆਂ ਤੋਂ ਛੋਟੇ ਨਾਲੋਂ ਥੋੜ੍ਹਾ ਜਿਹਾ ਵਧੀਆ, ਉਮਰ 'ਚ ਨਾ ਵੱਡਾ ਲੱਗਦਾ ਨਾ ਛੋਟਾ। ਕਹਿੰਦਾ ਮੇਰੀ ਪਤਨੀ ਬੜੀ ਮਿੱਠੀ ਹੈ, ਲਿੱਸੀ ਅਤੇ ਹਲੀਮੀ ਵਾਲੀ ਹੈ, ਸਾਡਾ ਕਦੇ ਕਿਸੇ ਗੱਲੋਂ ਤਕਰਾਰ ਨਹੀਂ ਹੋਇਆ, ਇਸ ਲਈ ਮੈਂ ਆਪਣੇ ਸਾਰੇ ਛੋਟੇ ਭਰਾਵਾਂ ਤੋਂ ਉਮਰ 'ਚ ਮਤਲਬ ਛੋਟਾ ਲੱਗਦਾ, ਸਾਰਿਆਂ ਤੋਂ ਵੱਡਾ ਹੋਣ ਦੇ ਬਾਵਜੂਦ। ਕਰਮ ਵਾਲਾ ਯਾਰ, ਕੁਛ ਆਪਣੇ 'ਤੇ ਵੀ ਡਿਪੈਂਡ ਕਰਦਾ, ਕਈਆਂ ਨੂੰ ਆਦਤ ਹੁੰਦੀ ਹੈ ਨਾ ਟੰਬੇ ਖਾਣ ਦੀ। ਖੈਰ ਫਿਰ ਚਿੱਤਰਕਾਰ ਭਰਾ ਥੋੜ੍ਹੀ ਦੇਰ ਦੇ ਲਈ ਆਪਣੇ ਉਸਨੇ ਵਜ਼ੀਰ ਦੇ ਪੁੱਤਰ ਵੱਲ ਇੱਕ ਟੱਕ ਵੇਖਿਆ ਅਤੇ ਕਹਿਣ ਲੱਗਿਆ, ਹੁਣ ਤੁਸੀਂ ਆਪਣੀ ਗੱਲ ਦੱਸੋ ਕਿਵੇਂ ਆਏ। ਵਜ਼ੀਰ ਦੇ ਪੁੱਤਰ ਨੇ ਸੰਖੇਪ ਦੇ ਵਿੱਚ ਹਾਲ ਸੁਣਾ ਕੇ ਪੁੱਛਿਆ ਕਿ ਉਹ ਬੌਲੀ ਵਾਲੀ ਮੂਰਤ ਤੁਸੀਂ ਬਣਾਈ ਹੈ। ਉਹ ਚਿੱਤਰਕਾਰ ਕਰਨ ਲੱਗਾ, ਹਾਂ ਮੈਂ ਹੀ ਬਣਾਈ ਹੈ, ਪਰ ਇਹ ਮੁਟਿਆਰ ਕੌਣ ਹੈ, ਇਸ ਦੀ ਉਮਰ ਕਿੰਨੀ ਹੈ, ਵਿਆਹੀ ਹੈ ਜਾਂ ਕੁਆਰੀ। ਮੈਂ ਉਸ ਬਾਰੇ ਕੁਝ ਨਹੀਂ ਜਾਣਦਾ ਸਿਵਾਏ ਇਸ ਦੇ ਕਿ ਉਹ ਚੰਬੇ ਦੀ ਰਾਜਕੁਮਾਰੀ ਹੈ। ਤੁਸੀਂ ਉਸਨੂੰ ਕਿੱਥੇ ਵੇਖਿਆ? ਚੰਬਾ, ਹਿਮਾਚਲ ਦੀ। ਮੈਂ ਵੀ ਕਿਤੇ ਵੇਖੀ ਹੈ, ਉਹਦਾ ਅਕਸ ਨਿਰਮਲ ਜਲ ਦੇ ਵਿੱਚ ਲਹਿਰਦਾ ਵੇਖਿਆ ਸੀ ਅਤੇ ਉਸ ਵੇਲੇ ਹੀ ਮੈਂ ਉਸਦੀ ਮੂਰਤ ਵਾਹ ਦਿੱਤੀ। ਅਤੇ ਫਿਰ ਚਿੱਤਰਕਾਰ ਨੇ ਵੇਰਵੇ ਨਾਲ ਸਾਰੀ ਗੱਲ ਦੱਸੀ ਕਿ ਇੱਕ ਵਾਰੀ ਉਹ ਚੰਬੇ ਦੇ ਇਲਾਕੇ 'ਚ ਘੁੰਮਣ ਫਿਰਨ ਦੇ ਲਈ ਗਿਆ। ਝੀਲ ਦੇ ਕੰਢੇ ਰਾਜੇ ਦਾ ਮਹਿਲ ਸੀ ਅਤੇ ਉੱਥੇ ਉਹ ਬੇੜੀ ਦੇ ਵਿੱਚ ਬੈਠਾ ਝੀਲ ਦੀ ਸੈਰ ਕਰ ਰਿਹਾ ਸੀ। ਚਾਰ ਚੁਫੇਰੇ ਬੜੇ ਸੁੰਦਰ ਰਮਣੀਕ ਦ੍ਰਿਸ਼ ਸਨ। ਮਹਿਲ ਵੱਲ ਝਾਕਣ ਦੀ ਮਨਾਹੀ ਸੀ, ਇਸ ਲਈ ਨਜ਼ਰ ਪਾਣੀ 'ਤੇ ਸੀਗੀ। ਚੰਬੇ ਦੀ ਰਾਜਕੁਮਾਰੀ ਮਹਿਲ ਦੀ ਇੱਕ ਖਿੜਕੀ ਦੇ ਵਿੱਚ ਬੈਠੀ ਵਾਲ ਗੁੰਦ ਰਹੀ ਸੀ ਅਤੇ ਉਸ 'ਤੇ ਇੱਕ ਹੱਥ ਵਿੱਚ ਚੰਬੇਲੀ ਸੀਗੀ। ਅਤੇ ਜਿਉਂ ਹੀ ਉਸਨੇ ਚੰਬੇਲੀ ਦਾ ਫੁੱਲ ਵਾਲਾਂ ਦੇ ਵਿੱਚ ਗੁੰਦਣ ਲੱਗੀ ਤਾਂ ਚਿੱਤਰਕਾਰ ਨੇ ਉਹਦਾ ਅਕਸ ਨਿਰਮਲ ਜਲ ਦੇ ਵਿੱਚ ਵੇਖਿਆ ਅਤੇ ਉਸੇ ਪਲ ਕਲਮ ਨਾਲ ਉਸਦਾ ਚਿੱਤਰ ਉਲੀਕ ਦਿੱਤਾ। ਇਸ ਤੋਂ ਵੱਧ ਰਾਜਕੁਮਾਰੀ ਬਾਰੇ ਉਹ ਕੁਝ ਨਹੀਂ ਸੀ ਜਾਣਦਾ। ਸ਼ਹਿਜ਼ਾਦੀ ਬਾਰੇ ਸਾਰੀ ਹਾਲਾਤ ਜਾਣ ਕੇ ਵਜ਼ੀਰ ਪੁੱਤਰ ਰਾਜਕੁਮਾਰ ਕੋਲ ਵਾਪਸ ਬਾਗ ਦੇ ਵਿੱਚ ਆਇਆ, ਜੋ ਚੰਬੇਲੀ ਦੇ ਵਿਯੋਗ ਦੇ ਵਿੱਚ ਰਾਜਕੁਮਾਰ ਤਰਸ ਦੀ ਮੂਰਤ ਬਣਿਆ ਹੋਇਆ ਸੀ। ਉਸਦੇ ਵਾਲ ਖਿੰਡੇ, ਚਿਹਰਾ ਮਸੋਸਿਆ, ਪਰ ਦਿਲ ਦੇ ਵਿੱਚ ਇਸ਼ਕ ਦੀ ਮੱਚੀ ਲਾਟ ਨਾਲ ਉਹਦੇ ਚਿਹਰੇ ਅਤੇ ਅੱਖਾਂ ਵਿੱਚ ਚਮਕ ਸੀ। ਜਾਣੀ ਵਜ਼ੀਰ ਪੁੱਤਰ ਨੇ ਰਾਜਕੁਮਾਰ ਨੂੰ ਬੜਾ ਸਮਝਾਇਆ ਉਹ ਸ਼ਹਿਜ਼ਾਦੀ ਦਾ ਖਿਆਲ ਮਨੋਂ ਕੱਢ ਦੇਵੇ, ਇਹ ਰਾਜਕੁਮਾਰ ਦੇ ਵਸੋਂ ਬਾਹਰੀ ਗੱਲ ਸੀ। ਅਖੀਰ ਮਜਬੂਰ ਹੋ ਕੇ ਵਜ਼ੀਰ ਪੁੱਤਰ ਰਾਜਕੁਮਾਰ ਨੂੰ ਨਾਲ ਲੈ ਕੇ ਚੰਬੇ ਦੇ ਪਹਾੜਾਂ ਵੱਲੋਂ ਤੁਰ ਪਿਆ। ਕਈ ਦਿਨ ਦੇ ਲੰਮੇ ਅਤੇ ਬਿਖੜੇ ਪੈਂਡੇ ਦੇ ਮਗਰੋਂ ਦੋਵੇਂ ਝੀਲ ਦੇ ਕੰਢੇ ਪੁੱਜੇ। ਝੀਲ ਦੇ ਪੂਰਬੀ ਕੰਢੇ 'ਤੇ ਮਹਿਲ ਸੀ ਅਤੇ ਮਹਿਲ ਨਾਲ ਲੱਗਦਾ ਇੱਕ ਸੁੰਦਰ ਬਾਗ, ਅਤੇ ਦੋਵੇਂ ਬਾਗ ਦੇ ਅੰਦਰ ਲੰਘੇ ਅਤੇ ਉੱਥੇ ਇੱਕ ਮਾਲਣ ਬੈਠੀ ਵੇਖੀ ਜੋ ਫੁੱਲਾਂ ਨੂੰ ਗੁੰਦ ਕੇ ਗਜਰੇ 'ਤੇ ਹਾਰ ਬਣਾ ਰਹੇ ਸੀ ਅਤੇ ਦੋਵੇਂ ਮਾਲਣ ਨਾਲ ਗੱਲਾਂ ਕਰਨ ਲੱਗੇ, ਰਾਜਕੁਮਾਰ ਅਤੇ ਵਜ਼ੀਰ ਦਾ ਪੁੱਤਰ। ਚੰਬੇਲੀ ਸ਼ਹਿਜ਼ਾਦੀ ਨੂੰ ਮਿਲਣਾ ਆਸਾਨ ਨਹੀਂ ਸੀ, ਉੱਥੇ ਤਾਂ ਕੋਈ ਚਿੜੀ ਵੀ ਨਹੀਂ ਸੀ ਫੁਦਕਦੀ ਅਤੇ ਮਹਿਲ ਦੇ ਚਾਰ ਚੁਫੇਰੇ ਪਹਿਰੇ ਸਨ। ਖੁਦ ਚੰਬੇਲੀ ਵੀ ਕਦੇ ਮਹਿਲ ਤੋਂ ਬਾਹਰ ਨਹੀਂ ਸੀ ਨਿਕਲਦੀ। ਜਦੋਂ ਕਦੇ ਉਹ ਝੀਲ ਦੀ ਸੈਰ ਲਈ ਨਿਕਲਦੀ ਤਾਂ ਰਾਣੀ ਹਮੇਸ਼ਾ ਉਸਦੇ ਨਾਲ ਹੁੰਦੀ ਅਤੇ ਮਹਿਲ ਦੇ ਅੰਦਰ ਕਿਸੇ ਉੱਪਰੇ ਸ਼ਖਸ ਨੂੰ ਜਾਣ ਦੀ ਆਗਿਆ ਨਹੀਂ ਸੀ। ਮਾਲਣ ਤੋਂ ਪਤਾ ਲੱਗਾ ਕਿ ਚੰਬੇਲੀ ਨੂੰ ਕੱਚ ਦੀਆਂ ਵੰਗਾਂ ਪਹਿਨਣ ਦਾ ਬੜਾ ਸ਼ੌਕ ਹੈ। ਇਹ ਵੰਗਾਂ ਵੇਚਣ ਵਾਲੀ ਵਣਜਾਰਨ 10-15 ਦਿਨਾਂ ਬਾਅਦ ਉਸਨੂੰ ਕੱਚ ਦੀਆਂ ਵੰਗਾਂ ਚੜ੍ਹਾਉਣ ਆਉਂਦੀ ਹੈ। ਉਹ ਹੋਕਰਾ ਦਿੰਦੀ ਹੈ, ਵੰਗਾਂ ਚੜ੍ਹਾ ਲਓ ਵੰਗਾਂ, ਅਤੇ ਉਸਨੂੰ ਮਹਿਲ ਦੇ ਅੰਦਰ ਜਾਣਾ ਕੋਈ ਨਹੀਂ ਰੋਕਦਾ। ਉਸਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੁੰਦਾ, ਉੱਪਰ ਤੋਤੀ ਰੰਗ ਦੀ ਚੁੰਨੀ ਅਤੇ ਅੱਧਾ ਮੂੰਹ ਕੱਜਿਆ ਹੁੰਦਾ। ਵਜ਼ੀਰ ਪੁੱਤਰ ਨੇ ਉਸ ਵਣਜਾਰਨ ਬਾਰੇ ਮਾਲਣ ਤੋਂ ਕਾਫ਼ੀ ਸਾਰੀ ਵਾਕਫੀਅਤ ਹਾਸਲ ਕੀਤੀ। ਇੱਕ ਦਿਨ ਵਜ਼ੀਰ ਪੁੱਤਰ ਨੇ ਵੰਗਾਂ ਵੇਚਣ ਵਾਲੀ ਵਣਜਾਰਨ ਦਾ ਰੂਪ ਧਾਰਨ ਕਰ ਲਿਆ। ਨੇੜੇ ਦੇ ਕਿਸੇ ਨਗਰ ਤੋਂ ਬਹੁਤ ਖੂਬਸੂਰਤ ਅਤੇ ਰੰਗ ਬਿਰੰਗੀਆਂ ਵੰਗਾਂ ਖਰੀਦੀਆਂ, ਫਿਰ ਸਿਰ 'ਤੇ ਟੋਕਰੀ ਧਰੀ ਅਤੇ ਹੋਕਰਾ ਦਿੰਦਾ ਉਹ ਮਹਿਲ ਵੱਲੋਂ ਤੁਰ ਪਿਆ। ਵਜ਼ੀਰ ਦਾ ਪੁੱਤਰ ਪਹਿਰੇਦਾਰਾਂ ਨੇ ਉਸਨੂੰ ਵਣਜਾਰਨ ਸਮਝਿਆ ਅਤੇ ਅੰਦਰ ਜਾਣ ਤੋਂ ਨਾ ਰੋਕਿਆ,
ਪਰ ਇਤਨਾ ਜ਼ਰੂਰ ਆਖਿਆ ਕਿ ਐਤਕੀ ਬੜੀ ਛੇਤੀ ਆ ਗਈ ਹੈ 15 ਦਿਨਾਂ ਦੀ ਬਜਾਏ। ਉਹ ਕਹਿਣ ਲੱਗੀ ਹੁਣ ਮੈਂ ਹਰ ਦੂਸਰੇ ਦਿਹਾੜੇ ਆਇਆ ਕਰਸਾਂ, ਅਤੇ ਕਰਸਾਂ ਜਾਣੀ ਇਹ ਲਿਖਿਆ ਹੈ ਸ਼ਾਇਦ, ਇਹ ਲਹਿੰਦੇ ਪੰਜਾਬ ਦੀ ਕਹਾਣੀ ਹੈ, ਕਰਸਾਂ ਜਾਸਾਂ ਪੋਠੋਹਾਰ ਇਲਾਕੇ ਦੀ। ਅਤੇ ਵਜ਼ੀਰ ਦੇ ਪੁੱਤਰ ਨੇ ਇੱਕ ਹੱਥ ਨਾਲ ਖੂੰਡਾ ਸੰਭਾਲਿਆ ਅਤੇ ਕੁੜੀਆਂ ਵਰਗੀ ਆਵਾਜ਼ ਕੱਢਦਿਆਂ ਆਖਿਆ। ਅੰਦਰ ਜਾਂਦਿਆਂ ਸਰ ਵਜ਼ੀਰ ਦੇ ਪੁੱਤਰ ਨੇ ਰੰਗ ਬਿਰੰਗੀਆਂ ਅਤੇ ਵੰਨ ਸੁਵੰਨੀਆਂ ਵੰਗਾਂ ਫੈਲਾ ਦਿੱਤੀਆਂ ਤਾਂ ਜੋ ਚਮੇਲੀ ਦਾ ਧਿਆਨ ਵੰਗਾਂ ਵੱਲ ਹੀ ਟਿਕਿਆ ਰਹੇ, ਉਹ ਕੋਈ ਬਹੁਤੇ ਸਵਾਲ ਨਾ ਪੁੱਛੇ। ਰਾਜਕੁਮਾਰੀ ਵੰਗਾਂ ਨੂੰ ਵੇਖ ਕੇ ਬੜੀ ਪ੍ਰਸੰਨ ਹੋਈ ਅਤੇ ਕੁਝ ਵੰਗਾਂ ਪਸੰਦ ਕਰਦਿਆਂ ਕਹਿਣ ਲੱਗੀ, ਨੀ ਇੱਥੇ ਕੌਣ ਮਰਦੇ, ਤੂੰ ਘੁੰਡ ਕਿਉਂ ਨਹੀਂ ਉਤਾਰਦੀ? ਉਹ ਬੋਲੀ, ਮੇਰੀ ਮੰਗਣੀ ਹੋ ਗਈ ਹੈ, ਜਦੋਂ ਤੱਕ ਵਿਆਹ ਨਹੀਂ ਹੁੰਦਾ, ਵਿਆਹ ਨਹੀਂ ਸੁੱਧ ਜਾਂਦਾ, ਸਾਡੇ ਵਿੱਚ ਉੱਪਰਿਆਂ ਤੋਂ ਘੁੰਡ ਕੱਢਣ ਦਾ ਰਿਵਾਜ਼ ਹੈ, ਭਾਵੇਂ ਮਰਦ ਹੋਵੇ ਭਾਵੇਂ ਔਰਤ। ਸੋ ਵਜ਼ੀਰ ਪੁੱਤਰ ਨੇ ਘੁੰਡ ਹੋਰ ਨੀਵਾਂ ਕਰਦਿਆਂ ਪਤਲੀ ਜਿਹੀ ਆਵਾਜ਼ ਵਿੱਚ ਆਖਿਆ, ਚਮੇਲੀ ਨੇ ਜੋ ਵੰਗਾਂ ਪਸੰਦ ਕੀਤੀਆਂ ਉਹ ਵਣਜਾਰਨ ਨੇ ਉਸ ਦੀਆਂ ਬਾਹਾਂ ਦੇ ਵਿੱਚ ਬੜੀ ਪਿਆਰ ਨਾਲ ਅਤੇ ਆਹਿਸਤਾ ਆਹਿਸਤਾ ਚੜ੍ਹਾਈਆਂ। ਨਾਲੇ ਉਹ ਦੋਵੇਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰਦੇ ਰਹੇ। ਤੁਹਾਡੀਆਂ ਉਂਗਲਾਂ ਬੜੀਆਂ ਨਾਜ਼ੁਕ ਨੇ, ਫਲੀ ਵਰਗੀਆਂ ਪਤਲੀਆਂ, ਕਲਾਈ ਬੜੀ ਨਰਮ ਹੈ, ਤੁਹਾਡਾ ਪਤੀ ਤੁਹਾਡੇ ਨਾਲ ਬਹੁਤ ਪਿਆਰ ਕਰੇਗਾ, ਵਜ਼ੀਰ ਪੁੱਤਰ ਨੇ ਬੜੀ ਬਰੀਕ ਆਵਾਜ਼ ਦੇ ਵਿੱਚ ਆਖਿਆ। ਕੀ ਮੇਰੇ ਸੱਚਮੁੱਚ ਮੇਰੇ ਭਾਗਾਂ 'ਚ ਇੰਨਾ ਪਿਆਰ ਲਿਖਿਆ? ਉਹ ਚਮੇਲੀ ਸ਼ਹਿਜ਼ਾਦੀ ਬੋਲਣ ਲੱਗੀ। ਵਣਜਾਰ ਨੇ ਚਮੇਲੀ ਦਾ ਹੱਥ ਫੜ ਲਿਆ ਅਤੇ ਉਸਦੀਆਂ ਤਲੀਆਂ ਅਤੇ ਰੇਖਾਵਾਂ ਵੇਖਣ ਲੱਗੀ। ਤੁਹਾਡਾ ਹੱਥ ਦੱਸਦਾ ਕਿ ਕੋਈ ਰਾਜਕੁਮਾਰ ਤੁਹਾਡੇ ਪਿਆਰ 'ਚ ਵਿਆਕੁਲ ਹੈ, ਬਿਨਾਂ ਵੇਖੇ ਕਿਸੇ ਉੱਪਰੇ ਮਰਦ ਨੇ ਕਦੇ ਮੇਰੀ ਸੂਰਤ ਨਹੀਂ ਵੇਖੀ? ਚਮੇਲੀ ਸ਼ਹਿਜ਼ਾਦੀ ਨੇ ਆਖਿਆ, ਇੱਥੇ ਤਾਂ ਚਿੜੀ ਵੀ ਨਹੀਂ ਫਟਕਦੀ, ਕਿਸੇ ਰਾਜਕੁਮਾਰ ਨੂੰ ਮੇਰੇ ਨਾਲ ਮੁਹੱਬਤ ਕਿਵੇਂ ਹੋ ਗਈ? ਪਰ ਹੱਥ ਤਾਂ ਦੱਸਦੇ ਨੇ ਕਿ ਕੋਈ ਰਾਜਕੁਮਾਰ ਤੁਹਾਡੀ ਖਾਤਰ ਦਰ ਦਰ ਭਟਕਦਾ ਹੈ। ਉਹ ਗਿਣਤੀਆਂ ਮਿਣਤੀਆਂ ਕਰਕੇ ਅਤੇ ਹਿਸਾਬ ਲਗਾ ਕੇ ਉਸਨੇ ਆਖਿਆ ਕਿ ਉਹ ਕੁਝ ਦਿਨਾਂ ਵਿੱਚ ਤੁਹਾਨੂੰ ਮਿਲੇਗਾ, ਤੁਹਾਡਾ ਹੱਥ ਮੰਗੇਗਾ। ਜਾਣੀ ਵਜ਼ੀਰ ਦੇ ਪੁੱਤਰ ਨੇ ਆਖਿਆ ਉਸ ਨੂੰ, ਚਮੇਲੀ ਸ਼ਹਿਜ਼ਾਦੀ ਨੂੰ, ਜਾਣੀ ਗੋਦ ਗੁੰਦ ਤੀ। ਖੈਰ ਰਾਜਕੁਮਾਰ ਸਕਲ ਸੂਰਤ ਦਾ ਕਿਹੋ ਜਿਹਾ ਹੋ ਗਿਆ? ਸ਼ਹਿਜ਼ਾਦੀ ਨੇ ਪੁੱਛਿਆ। ਉਹ ਬੜਾ ਸੋਹਣਾ ਸੁਨੱਖਾ, ਚੜ੍ਹਦੇ ਸੂਰਜ ਵਰਗਾ ਚਿਹਰਾ। ਸੱਚ, ਹੱਥਾਂ ਦੀਆਂ ਲਕੀਰਾਂ ਦਾ ਤਾਂ ਇਹੀ ਦੱਸਦੀਆਂ ਨੇ, ਵਜ਼ੀਰ ਦੇ ਪੁੱਤਰ ਨੇ ਉਸਨੂੰ ਆਖਿਆ, ਪਰ ਤੂੰ ਅੱਗੇ ਤਾਂ ਕਦੇ ਅਜਿਹੀ ਗੱਲ ਨਹੀਂ ਕੀਤੀ, ਇਹ ਇਲਮ ਤੈਨੂੰ ਕਿੱਥੋਂ ਆ ਗਿਆ? ਉਹ ਕਹਿੰਦੀ, ਕੁਝ ਦਿਨ ਪਹਿਲਾਂ ਮੈਂ ਨਾਨਕੇ ਗਈ ਸੀ, ਉੱਥੋਂ ਇਹ ਇਲਮ ਸੁੱਖਿਆ ਜੋਤਿਸ਼ ਦਾ। ਵਣਜਾਰਨ ਦੇ ਭੇਸ ਦੇ ਵਿੱਚ ਵਜ਼ੀਰ ਦੇ ਪੁੱਤਰ ਦੀਆਂ ਗੱਲਾਂ ਤੋਂ ਚਮੇਲੀ ਇਤਨੀ ਪ੍ਰਭਾਵਿਤ ਹੋਈ ਕਿ ਅਗਲੇ ਦਿਨ ਉਸਨੂੰ ਹੋਰ ਵੰਗਾਂ ਲਿਆਉਣ ਲਈ ਆਖਿਆ, ਅਗਲੇ ਦਿਨ, ਫਿਰ ਅਗਲੇ ਦਿਨ। ਸੋ ਦੋਹਾਂ ਦੇ ਵਿੱਚ ਨਿੱਘਾ ਸਹਿਲਪਣਾ ਹੋ ਗਿਆ। ਕੁਝ ਦਿਨ ਲੰਘੇ ਤਾਂ ਇੱਕ ਦਿਨ ਵਜ਼ੀਰ ਪੁੱਤਰ ਚਮੇਲੀ ਨੂੰ ਕਹਿਣ ਲੱਗਾ, ਕੱਲ੍ਹ ਮੈਂ ਸ਼ਹਿਰ ਜਾਣਾ, ਮੇਰੀ ਥਾਂ ਮੇਰੀ ਛੋਟੀ ਭੈਣ ਵੰਗਾਂ ਲੈ ਕੇ ਆਵੇਗੀ, ਤੁਸੀਂ ਉਸਨੂੰ ਮੇਰਾ ਹੀ ਰੂਪ ਸਮਝਣਾ। ਅਗਲੇ ਦਿਨ ਰਾਜਕੁਮਾਰ ਉਸ ਵਣਜਾਰਨ ਮਟਿਆਰ ਦੇ ਭੇਸ ਦੇ ਵਿੱਚ ਵੰਗਾਂ ਦਾ ਟੋਕਰਾ ਚੁੱਕੀ ਮਹਿਲ ਦੇ ਵਿੱਚ ਆਇਆ। ਇੱਕ ਤਾਂ ਉਹ ਵੈਸੇ ਹੀ ਸੋਹਣਾ ਸੁਨੱਖਾ ਸੀ, ਮਟਿਆਰ ਦੇ ਭੇਸ ਦੇ ਵਿੱਚ ਉਸਦਾ ਰੂਪ ਹੋਰ ਭੱਖ ਉੱਠਿਆ। ਚਮੇਲੀ ਉਸ 'ਤੇ ਡੁੱਲ ਪੈਂਦੇ ਰੂਪ 'ਤੇ ਮੰਤਰ ਮੁਗਧ ਹੋ ਕੇ ਕਹਿਣ ਲੱਗੀ, ਤੂੰ ਇੰਨਾ ਰੂਪ ਕਿੱਥੋਂ ਲਿਆ? ਉਹ ਬੋਲਿਆ, ਰੱਬ ਦੀ ਬਖਸ਼ਿਸ਼ ਹੈ, ਅਤੇ ਤੁਹਾਨੂੰ ਵੀ ਤਾਂ ਰੱਬ ਨੇ ਹੱਥੀਂ ਘੜਿਆ। ਰਾਜਕੁਮਾਰ ਨੇ ਕੁਝ ਵੰਗਾਂ ਪਸੰਦ ਕੀਤੀਆਂ ਸ਼ਹਿਜ਼ਾਦੀ ਨੇ, ਅਤੇ ਰਾਜਕੁਮਾਰ ਨੇ ਉਸਦੀਆਂ ਬਾਹਾਂ 'ਤੇ ਕੋਮਲ ਕਲਾਈਆਂ 'ਤੇ ਵੰਗਾਂ ਚੜ੍ਹਾਈਆਂ, ਅਤੇ ਦੋਵੇਂ ਇੱਕ ਦੂਸਰੇ ਦੀਆਂ ਅੱਖਾਂ ਵਿੱਚ ਝਾਕਦੇ ਰਹੇ। ਅਗਲੇ ਦਿਨ ਰਾਜਕੁਮਾਰ ਖੁਦ ਹੀ ਵਣਜਾਰਨ ਦੇ ਭੇਸ ਦੇ ਵਿੱਚ ਇਸੇ ਤਰ੍ਹਾਂ ਆਉਂਦਾ ਰਿਹਾ ਕਈ ਦਿਨ, ਅਤੇ ਉਹ ਵੰਗਾਂ ਚੜ੍ਹਾਉਂਦਿਆਂ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰਦੇ। ਅਤੇ ਇੱਕ ਦਿਨ ਚਮੇਲੀ ਕਹਿਣ ਲੱਗੀ, ਮੈਨੂੰ ਤਾਂ ਤੁਸੀਂ ਬਹੁਤ ਚੰਗੇ ਲੱਗਦੇ ਹੋ, ਜੇ ਤੁਸੀਂ ਮੁੰਡਾ ਹੁੰਦੇ ਮੈਂ ਤੁਹਾਡੇ ਨਾਲ ਹੀ ਵਿਆਹ ਕਰਵਾ ਲੈਂਦੀ। ਰਾਜਕੁਮਾਰ ਖੁਸ਼ੀ 'ਚ ਫੁੱਲਿਆਂ ਨਾਲ ਸਮਾਇਆ, ਜਿਵੇਂ ਦੋਵੇਂ ਜਹਾਨ ਮਿਲ ਗਏ ਹੋਣ, ਕਿਸਮਤ ਉਸ 'ਤੇ ਮਿਹਰਬਾਨ ਹੋ ਗਈ ਹੋਵੇ। ਸੋ ਰਾਜਕੁਮਾਰ ਰੋਜ਼ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਚਮੇਲੀ ਨੂੰ ਪਰਚਾਉਂਦਾ, ਆਖਰ ਦੋਵਾਂ ਦਾ ਪਿਆਰ ਪੈ ਗਿਆ। ਅਤੇ ਕਈ ਵਾਰ ਚਮੇਲੀ ਵੰਗਾਂ ਚੜ੍ਹਾਉਣ ਮਗਰੋਂ ਉਸਨੂੰ ਉੱਠਣ ਹੀ ਨਾ ਦਿੰਦੀ।
ਜਦੋਂ ਰਾਜਕੁਮਾਰ ਜਾਣ ਲੱਗਦਾ ਤਾਂ ਕਹਿੰਦੀ ਜੇ ਤੂੰ ਮੁੰਡਾ ਹੁੰਦਾ ਮੈਂ ਤੇਰੇ ਨਾਲ ਹੀ ਕਾਜ ਰਚਾਉਂਦੀ। ਸੱਚ ਕਹਿੰਦੇ ਹੋ? ਇੱਕ ਦਿਨ ਰਾਜਕੁਮਾਰ ਕਹਿਣ ਲੱਗਾ ਮੈਂ ਮੁੰਡਾ ਬਣ ਕੇ ਦਿਖਾਵਾਂ। ਉਹ ਬੋਲੀ ਕਿ ਉਹ ਕਿਵੇਂ? ਤੁਸੀਂ ਦੇਵ ਮੂਰਤੀ ਅੱਗੇ ਅੱਖਾਂ ਮੀਟ ਕੇ ਦਿਲੋਂ ਅਰਦਾਸ ਕਰੋ, ਮਨ ਵਿੱਚ ਜੋ ਸੱਚੇ ਦਿਲੋਂ ਧਾਰੋਗੇ ਉਹ ਹੋ ਜਾਏਗਾ। ਚਮੇਲੀ ਮੂਰਤੀ ਅੱਗੇ ਖਲੋ ਕੇ ਸੱਚੇ ਦਿਲੋਂ ਪ੍ਰਾਰਥਨਾ ਕਰਨ ਲੱਗੀ। ਸੋ ਰਾਜਕੁਮਾਰ ਨੇ ਵੰਗਾਂ ਵਾਲੀ ਪੋਟਲੀ ਦੇ ਵਿੱਚੋਂ ਮਰਦਾਵੇਂ ਕੱਪੜੇ ਕੱਢੇ ਅਤੇ ਅੱਖ ਦੇ ਪਲਕਾਰੇ ਦੇ ਵਿੱਚ ਬਦਲ ਲਏ। ਝੱਟ ਕੁ ਮਗਰੋਂ ਚਮੇਲੀ ਨੇ ਅੱਖਾਂ ਖੋਲ੍ਹੀਆਂ ਅਤੇ ਆਪਣੇ ਸਾਹਮਣੇ ਉਸਨੇ ਇੱਕ ਸੁੰਦਰ ਰਾਜਕੁਮਾਰ ਨੂੰ ਬੈਠਾ ਵੇਖਿਆ ਅਤੇ ਹੈਰਾਨ ਰਹਿ ਗਈ। ਚਮੇਲੀ ਰਾਜਕੁਮਾਰ ਨਾਲ ਲਿਪਟ ਗਈ ਅਤੇ ਰਾਜਕੁਮਾਰ ਨੇ ਅਸਲ ਰਾਸ ਪ੍ਰਗਟ ਕਰਦੇ ਹੋਏ ਆਖਿਆ ਕਿ ਅਸਲ ਦੇ ਵਿੱਚ ਮੈਂ ਰਾਜਕੁਮਾਰ ਹਾਂ, ਤੁਹਾਡੀ ਖਾਤਰ ਮੈਨੂੰ ਇਹ ਵਣਜਾਰਨ ਦਾ ਭੇਸ ਧਾਰਨ ਕਰਨਾ ਪਿਆ ਅਤੇ ਪਹਿਲਾਂ ਮੇਰਾ ਸਾਥੀ ਵਜ਼ੀਰ ਦਾ ਪੁੱਤਰ ਤੁਹਾਡੇ ਕੋਲ ਵਣਜਾਰਨ ਬਣ ਕੇ ਆਇਆ। ਮੈਂ ਤੁਹਾਡੀ ਮੂਰਤ ਜਦੋਂ ਦੀ ਸੰਬੋਲੀ 'ਤੇ ਲੱਗੀ ਵੇਖੀ ਹੈ ਤੁਹਾਡੇ ਵਿਯੋਗ ਦੇ ਵਿੱਚ ਭਟਕਦਾ ਫਿਰਦਾ। ਫਿਰ ਰਾਜਕੁਮਾਰੀ ਨੇ ਆਪਣੀ ਸਾਰੀ ਵਿਥਿਆ ਵੇਰਵੇ ਨਾਲ ਸੁਣਾਈ। ਸੋ ਚਮੇਲੀ ਨੇ ਰਾਜਕੁਮਾਰੀ ਨੂੰ ਮੰਜੀ ਹੇਠ ਰਾਜਕੁਮਾਰ ਨੂੰ ਮੰਜੀ ਹੇਠ ਛੁਪਾਉਂਦੇ ਆਖਿਆ ਕਿ ਜੇ ਮੇਰੇ ਪਿਓ ਨੂੰ ਰਾਜੇ ਨੂੰ ਖਬਰ ਹੋ ਗਈ ਤਾਂ ਤੁਹਾਨੂੰ ਜ਼ਿੰਦਾ ਨਹੀਂ ਰਹਿਣ ਦੇਵੇਗਾ। ਅਤੇ ਗੱਲ ਵਜ਼ੀਰ ਦੇ ਪੁੱਤਰ ਨਾਲ ਪਹਿਲਾਂ ਹੀ ਮਿਥੀ ਹੋਈ ਸੀ। ਉਹ ਅੱਧੀ ਰਾਤ ਵੇਲੇ ਦੋ ਘੋੜੇ ਲਿਆਇਆ ਅਤੇ ਰਾਜਕੁਮਾਰ ਚਮੇਲੀ ਨੂੰ ਘੋੜੇ ਉੱਤੇ ਆਪਣੇ ਪਿੱਛੇ ਬਿਠਾ ਕੇ ਆਪਣੇ ਦੇਸ਼ ਵੱਲ ਨੂੰ ਤੁਰ ਪਏ। ਵਜ਼ੀਰ ਪੁੱਤਰ ਦੂਜੇ ਘੋੜੇ ਦੇ ਨਾਲ ਉਹਨਾਂ ਦੇ ਨਾਲ ਸੀ ਅਤੇ ਆਪਣੇ ਦੇਸ਼ ਪਹੁੰਚ ਕੇ ਰਾਜਕੁਮਾਰ ਨੇ ਚਮੇਲੀ ਸ਼ਹਿਜ਼ਾਦੀ ਨਾਲ ਵਿਆਹ ਕਰਾ ਲਿਆ ਅਤੇ ਖੁਸ਼ੀ ਖੁਸ਼ੀ ਵਸਣ ਲੱਗੇ। ਸੋ ਇਹ ਸੀ ਕਹਾਣੀ ਚਮੇਲੀ ਸ਼ਹਿਜ਼ਾਦੀ। ਅਸਲ ਦੇ ਵਿੱਚ ਲੋਕ ਕਹਾਣੀ ਹੈ, ਬਾਤ ਹੈ, ਇਹਦੇ ਵਿੱਚ ਦੋ ਤਿੰਨ ਸਖਿਆਵਾਂ ਨੇ। ਇੱਕ ਤਾਂ ਇਹ ਕਿ ਜਿਹੜੇ ਤੁਹਾਡੇ ਜਿਸ ਤਰ੍ਹਾਂ ਵਿਆਹਤਾ ਜੀਵਨ ਹੈ, ਜਿਵੇਂ ਉਹ ਤਿੰਨ ਮਿਸਤਰੀ ਭਰਾ ਸੀ। ਪਹਿਲਾ ਵਿਚਾਰਾ ਹੁਣ ਜਦੋਂ ਸਾਰਾ ਦਿਨ ਕਲਾ ਕਲੰਦਰ ਵਸੇ, ਘੜਿਓਂ ਪਾਣੀ ਨੱਸੇ, ਜਦੋਂ ਘਰ ਵਾਲੀ ਲੜੀ ਜਾਂਦੀ ਹੋਵੇ ਤਾਂ ਕਿਹੜਾ ਘਰ ਹੈ ਸੁਖੀ ਰਹਿ ਸਕਦਾ? ਜਿਸ ਘਰ ਦੇ ਵਿੱਚ ਕਲੇਸ਼ ਹੈ ਅਤੇ ਉੱਥੇ ਖੁਸ਼ੀ ਨਹੀਂ ਹੋ ਸਕਦੀ। ਇੱਕ ਤਾਂ ਇਹਦੀ ਸਿੱਖਿਆ। ਦੂਸਰੇ ਦੀ ਘਰ ਵਾਲੀ ਥੋੜ੍ਹਾ ਜਿਹਾ ਘੱਟ ਲੜਦੀ ਸੀ, ਉਹ ਥੋੜ੍ਹਾ ਜਿਹਾ ਘੱਟ ਉਮਰ ਦਰਾਜ਼ ਹੋਇਆ, ਅਤੇ ਤੀਸਰੇ ਦੀ ਘਰ ਵਾਲੀ ਬਿਲਕੁਲ ਸਤਵੰਤੀ ਸੀ, ਕੂਲ ਸੀ, ਉਹ ਜ਼ਿਆਦਾ ਜੰਗ ਸੀ ਚਿੱਤਰਕਾਰ, ਇਸੇ ਕਰਕੇ ਉਹਦੀਆਂ ਕੋਮਲ ਕਲਾਵਾਂ ਸੀ। ਹੁਣ ਜਿਹੜਾ ਕੋਈ ਵੀ ਤੁਹਾਡੀਆਂ ਪ੍ਰੋਫੈਸ਼ਨ ਹੈ ਉਸ 'ਤੇ ਤੁਹਾਡਾ ਪੀਸ ਆਫ ਮਾਇੰਡ ਬਹੁਤ ਫਾਇਦੇਮੰਦ ਰਹਿੰਦਾ ਹੈ। ਜੇ ਤੁਸੀਂ ਜਿਹੜੇ ਮਰਜ਼ੀ ਆਰਟਿਸਟ ਹੋਵੋ, ਮਕੈਨਿਕ ਹੋਵੋ, ਜੇ ਤੁਹਾਡੀ ਗ੍ਰਹਿਸਥ ਤੁਹਾਡਾ ਪਾਰਟਨਰ ਗੁੜ ਨਹੀਂ ਹੈ, ਤੁਸੀਂ ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕਦੇ। ਇਸੇ ਕਰਕੇ ਕਿਹਾ ਜਾਂਦਾ ਕਿ ਹਰ ਮਰਦ ਦੀ ਸਫਲਤਾ ਦੇ ਪਿੱਛੇ ਕਿਸੇ ਨਾ ਕਿਸੇ ਰੂਪ 'ਚ ਔਰਤ ਦਾ ਹੱਥ ਵੀ ਹੁੰਦਾ ਹੈ। ਇੱਕ ਤਾਂ ਇਹਦੇ 'ਚ ਇਹ ਮੋਰਲ ਨਿਕਲਦਾ ਹੈ। ਦੂਸਰਾ ਇਹ ਹੈ ਕਿ ਚਲੋ ਉਹ ਇਮੋਸ਼ਨਲ ਸੀ, ਜਿਸ ਤਰ੍ਹਾਂ ਰਾਜਕੁਮਾਰ ਹੁੰਦੇ ਨੇ ਲਵ ਐਟ ਫਸਟ ਸਾਈਟ, ਕਿ ਪਹਿਲੀ ਨਜ਼ਰ ਪਿਆਰ ਹੋ ਗਿਆ ਉਸਨੂੰ ਤਸਵੀਰ ਵੇਖਦੇ ਹਾਂ, ਪਰ ਉਸਨੂੰ ਪਾਉਣ ਦੇ ਲਈ ਉਸਦਾ ਸਿਰੜ ਸੀ ਅਤੇ ਉਸਦੀ ਖੁਸ਼ਕਿਸਮਤੀ ਸੀ ਕਿ ਉਸਦਾ ਦੋਸਤ ਵਜ਼ੀਰ ਦਾ ਪੁੱਤਰ ਉਸਦਾ ਦਿਲੋਂ ਦੋਸਤ ਸੀਗਾ। ਉਸਨੇ ਇੰਨੇ ਜਾਨ ਜੋਖਮ ਦੇ ਵਿੱਚ ਪਾ ਕੇ, ਰਿਸਕ ਲੈ ਕੇ ਆਪਣੇ ਦੋਸਤ ਲਈ ਆਪਾ ਵਾਰਿਆ। ਅਤੇ ਤੀਸਰਾ ਇਹ ਹੈ ਕਿ ਮੁਸ਼ਕਲ ਤੋਂ ਮੁਸ਼ਕਲ ਘੜੀ ਦੇ ਵਿੱਚ ਤੁਸੀਂ ਆਪਣੇ ਮਹਿਬੂਬ ਨੂੰ ਪਾ ਜਾਂਦੇ ਹੋ। ਬੰਦਾ ਚਾਹਵੇ ਤਾਂ ਕੀ ਨਹੀਂ ਹੋ ਸਕਦਾ, ਬੰਦਾ ਚਾਹਵੇ ਤਾਂ ਕੀ ਨਹੀਂ ਹੋ ਸਕਦਾ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਹੈ, ਰਾਂਝਾ ਤਖ਼ਤ ਹਜ਼ਾਰਿਓਂ ਤੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ ਹੈ। ਬਹੁਤ ਸੋਹਣੀਆਂ ਸਦਰਾਂ ਨੇ ਉਸਤਾਦ ਦਾਮਨ ਸਾਹਿਬ ਦੀਆਂ। ਬੰਦਾ ਚਾਹਵੇ ਤਾਂ ਕੀ ਨਹੀਂ ਹੋ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਹੈ, ਰਾਂਝਾ ਤਖ਼ਤ ਹਜ਼ਾਰਿਓਂ ਤੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ ਹੈ। ਜੇ ਹੀਰ ਸਿਆਲ ਵਿਆਹੁਣੀ ਹੈ ਨਾ ਤਾਂ ਫਿਰ ਤਖ਼ਤ ਹਜ਼ਾਰਿਓਂ ਚੱਲਣਾ ਪਏਗਾ। ਇਕੱਲੇ ਸੁਪਨਿਆਂ ਦੇ ਨਾਲ
ਸ਼ਰੀਕੀ ਹਯਾਤ ਨਹੀਂ ਮਿਲਦੇ ਹੁੰਦੇ। ਇਕੱਲੇ ਸੁਪਨਿਆਂ ਦੇ ਨਾਲ ਸਫਲਤਾ ਨਹੀਂ ਮਿਲਦੀ, ਇਕੱਲੇ ਸੁਪਨਿਆਂ ਦੇ ਨਾਲ ਸਰਮਾਇਆ ਨਹੀਂ ਮਿਲਦਾ, ਇਕੱਲੇ ਸੁਪਨਿਆਂ ਦੇ ਨਾਲ ਸਵਰਗ ਨਹੀਂ ਮਿਲਦਾ, ਉਸ ਦੇ ਲਈ ਸੰਘਰਸ਼ ਵੀ ਕਰਨਾ ਪੈਂਦਾ। ਸੋ ਇਹ ਸੀ ਬਾਤ ਪੋਜ਼ਿਟਿਵਿਟੀ ਕਿ ਸਾਨੂੰ ਚੜ੍ਹਦੀ ਕਲਾ ਵਾਲਾ ਕੰਸੈਪਟ ਅਪਣਾਉਣਾ ਚਾਹੀਦਾ। ਸੋ ਅੱਗੇ ਇਸ ਤਰ੍ਹਾਂ ਦੇ ਰਾਜੇ ਰਾਣੀਆਂ ਦੇ ਕਿੱਸੇ ਸੀ, ਅੱਜ ਕੱਲ੍ਹ ਵੀ ਚੱਲਦੇ ਆ, ਫਿਲਮਾਂ 'ਚ ਇਹੀ ਕੁਛ ਚੱਲਦਾ, ਰੀਅਲ ਲਾਈਫ 'ਚ ਵੀ ਇਹੀ ਕੁਛ ਚੱਲਦਾ। ਸੋ ਜਵਾਨੀ ਦੇ ਵੇਲੇ ਬੰਦੇ ਕੀ ਤਰਕੀਬਾਂ ਕਰਦੇ ਆ, ਹੈ ਨਾ। ਸੋ ਜ਼ਿੰਦਗੀ ਦਾ ਹਿੱਸਾ ਨੇ ਇਹ ਚੀਜ਼ਾਂ। ਸੋ ਇਹ ਸੀ ਲੋਕ ਕਹਾਣੀ ਬਾਤਾਂ ਦੇ ਇਸ ਪੰਜਾਬ ਦੀਆਂ, ਚਮੇਲੀ ਸ਼ਹਿਜ਼ਾਦੀ ਦੀ ਬਾਤ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਆਪਾਂ ਲਾਈਵ ਹੁੰਦੇ ਹਾਂ, ਅਤੇ ਸ਼ਾਮ ਨੂੰ 7:30 ਤੋਂ 9:30। ਤੁਸੀਂ ਇਹਨਾਂ ਰੇਡੀਓ ਪ੍ਰੋਗਰਾਮਾਂ ਦੇ ਅਤੇ ਆਪਣੇ ਵੀਡੀਓਜ਼ ਦੇ ਲਿੰਕ ਆਪਣੇ ਵਟਸਐਪ ਗਰੁੱਪ ਨੰਬਰ 9876630956 'ਤੇ ਮੰਗਵਾ ਸਕਦੇ ਹੋ, 9876309655 9876309655 ਆਪਣਾ ਵਟਸਐਪ ਗਰੁੱਪ ਨੰਬਰ ਹੈ। ਇਸੇ ਨੰਬਰ 'ਤੇ ਤੁਸੀਂ ਪ੍ਰੋਗਰਾਮ 'ਚ ਵੀ ਕਾਲ ਕਰ ਸਕਦੇ ਹੋ, ਅਤੇ ਮੇਰਾ ਸੰਪਰਕ ਨੰਬਰ ਵੀ ਇਹੀ ਹੈ, 9876309655। ਸੋ ਇਹ ਸੀ ਬਾਤਾਂ ਦੇ ਇਸ ਪੰਜਾਬ ਦੀਆਂ, ਇਹ ਆਪਾਂ ਬਾਤਾਂ ਅਤੇ ਕਹਾਣੀਆਂ ਆਪਣੇ ਕਹਾਣੀ ਅੰਕ 'ਚ ਪਾ ਦਿੰਦੇ ਹਾਂ ਨਾਲ ਦੀ ਨਾਲ, ਫੋਟੋ ਫੋਟੋ ਲਾ ਕੇ ਬਾਅਦ 'ਚ ਚੜਾਉਂਦੇ ਹਾਂ, ਅਤੇ ਉਮੀਦ ਹੈ ਤੁਹਾਨੂੰ ਪਸੰਦ ਆਉਂਦੀਆਂ। ਲੁਤਫ ਲਿਆ ਕਰੋ।